ਤੇ ਭਾਈ ਮਤੀ ਦਾਸ ਜੀ ਦੇ ਪਰਿਵਾਰ ਦੇ ਵਿੱਚੋਂ 12ਵੀਂ ਪੀੜ੍ਹੀ ਤੇ ਭਾਈ ਧਰਮ ਸਿੰਘ ਦੇ ਪਰਿਵਾਰ ਦੇ ਵਿੱਚੋਂ 13ਵੀਂ ਪੀੜ੍ਹੀ 12ਵੀਂ ਪੀੜ੍ਹੀ ਤੇ 13ਵੀਂ ਪੀੜ੍ਹੀ ਆਪ ਜੀ ਦਰਸ਼ਨ ਕਰ ਰਹੇ ਹੋ ਸਾਡੀ ਮਾੜੀ ਸੋਚ ਕਰਕੇ ਮੈਨੂੰ ਲੱਗਦਾ ਪਰਿਵਾਰ ਇੰਨਾ ਕੁ ਟੁੱਟ ਗਿਆ ਕਿ ਉਹ ਇਹ ਨਹੀਂ ਲੱਗਦਾ ਕਿ ਉਹ ਰੋ ਰੋ ਕੇ ਕਿਹਾ ਵੀ ਸਾਨੂੰ ਸਰਸੇ ਵਾਲੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਨੂੰ ਈਸਾਈ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਹੀ ਟੁੱਟ ਚੁੱਕੇ ਨੇ ਸਿੱਖੀ ਦੇ ਉੱਤੋਂ ਇੱਥੇ ਤੱਕ ਹਾਲਾਤ ਨੇ ਕਿ ਡਰਾਈਵਰੀ ਕਰਨ ਤੱਕ ਦੀ ਉਹਨਾਂ ਕੋਲ ਪੈਸੇ ਨਹੀਂ ਹੈਗੇ ਗੁਰੂ ਦੇ ਪ੍ਰਚਾਰਕਾਂ ਦਾ ਜੇ ਆਹ ਹਾਲ ਹੋਇਆ ਤਾਂ ਸਾਡੀ ਕੌਮ ਕਿੱਧਰ ਨੂੰ ਜਾਊਗੀ ਫੇਸਬੁੱਕ 'ਤੇ ਗੁਰਸਿੱਖ ਵੀਰ ਜੋ ਕਿ ਖੋਜ ਵਿਚਾਰ ਨਾਮ ਦਾ ਫੇਸਬੁੱਕ ਪੇਜ ਚਲਾਉਂਦੇ ਨੇ ਸਮੇਂ ਸਮੇਂ 'ਤੇ ਉਹਨਾਂ ਵੱਲੋਂ ਸਿੱਖ ਇਤਿਹਾਸ ਨਾਲ ਸੰਬੰਧਿਤ ਨਿਸ਼ਾਨੀਆਂ ਪੁਰਾਤਨ ਗੁਰਦੁਆਰਾ ਸਾਹਿਬਾਨ ਵੱਖ ਵੱਖ ਸਿੱਖਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਕਰਾਈ ਜਾਂਦੀ ਹੈ ਇਸ ਤੋਂ ਇਲਾਵਾ ਗੁਰੂ ਸਾਹਿਬਾਨ ਦੇ ਕਈ ਹੱਥ ਲਿਖਤ ਗ੍ਰੰਥ ਕਈ ਸ਼ੋਅ ਪ੍ਰਾਪਤ ਨਿਸ਼ਾਨੀਆਂ ਦੇ ਦਰਸ਼ਨ ਵੀ ਕਰਵਾਏ ਜਾਂਦੇ ਨੇ ਅਤੇ ਨਵੀਂ ਵੀਡੀਓ ਵਿੱਚ ਉਹਨਾਂ ਵੱਲੋਂ ਸ਼ਹੀਦ ਭਾਈ ਮਤੀਦਾਸ ਜੀ ਦੇ ਪਰਿਵਾਰ ਦੀ 12ਵੀਂ ਪੀੜ੍ਹੀ ਅਤੇ ਪੰਜ ਪਿਆਰਿਆਂ 'ਚੋਂ ਭਾਈ ਧਰਮਦਾਸ ਜੀ ਜੋ ਕਿ ਅੰਮ੍ਰਿਤ ਛਕਣ ਪਿੱਛੋਂ ਭਾਈ ਧਰਮ ਸਿੰਘ ਬਣੇ ਉਹਨਾਂ ਦੀ 13ਵੀਂ ਪੀੜ੍ਹੀ ਨਾਲ ਮਿਲਵਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਜੀ ਭਾਈ ਧਰਮ ਸਿੰਘ ਦੇ ਪਰਿਵਾਰ ਦੇ ਪੰਜ ਪਿਆਰਿਆਂ ਦੇ ਵਿੱਚੋਂ ਅਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਜੀ ਅਤੇ ਗੁਰਸਿੱਖਾਂ ਦਾ ਸਤਿਕਾਰ ਕਿੰਨਾ ਹੈ ਬੋਲੇ ਸੋ ਨਿਹਾਲ 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 ਸੋ ਜਿੱਥੇ ਭਾਈ ਮਤੀਦਾਸ ਜੀ ਦਾ ਪਰਿਵਾਰ ਉਹਨਾਂ ਦੀਆਂ ਸ਼ਹੀਦੀਆਂ ਉੱਥੇ ਹੀ ਹੁਕਮ ਮੰਨਣਾ ਸਭ ਤੋਂ ਵੱਡਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਲਕਾਰ ਮਾਰੀ ਸੀ ਆਵਾਜ਼ ਮਾਰੀ ਹੈ ਕੋਈ ਉੱਠੇ ਕੋਈ ਜਿਹੜਾ ਆਪਣਾ ਸਿਰ ਗੁਰੂ ਨੂੰ ਦੇਵੇ ਤਾਂ ਉਹਨਾਂ ਦੇ ਵਿੱਚੋਂ ਉੱਠੇ ਸੀ ਪਹਿਲਾਂ ਦਇਆ ਸਿੰਘ ਜੀ ਜਿਹੜੇ ਦਇਆ ਰਾਮ ਜੀ ਸੀ ਫਿਰ ਧਰਮ ਚੰਦ ਭਾਈ ਧਰਮ ਸਿੰਘ ਜੀ ਬਣੇ ਪੰਜ ਪਿਆਰਿਆਂ ਵਿੱਚੋਂ ਅਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਹਸਤਨਾਪੁਰ ਤੋਂ ਅੱਜ ਦੋ ਪਰਿਵਾਰ ਭਾਈ ਮਤੀਦਾਸ ਜੀ ਦਾ ਪਰਿਵਾਰ ਅਤੇ ਭਾਈ ਮਤੀਦਾਸ ਜੀ ਦੇ ਪਰਿਵਾਰ ਦੇ ਵਿੱਚੋਂ ਇਹ 13ਵੀਂ 12ਵੀਂ ਪੀੜ੍ਹੀ ਅਤੇ ਭਾਈ ਧਰਮ ਸਿੰਘ ਦੇ ਪਰਿਵਾਰ ਦੇ ਵਿੱਚੋਂ 13ਵੀਂ ਪੀੜ੍ਹੀ 12ਵੀਂ ਪੀੜ੍ਹੀ ਅਤੇ 13ਵੀਂ ਪੀੜ੍ਹੀ ਆਪ ਜੀ ਦਰਸ਼ਨ ਕਰ ਰਹੇ ਹੋ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਬਾਕੀ ਆਪਾਂ ਵਿਚਾਰਾਂ ਕਿਉਂਕਿ ਸੰਗਤ ਜੀ ਲਾਈਵ ਹੋਏ ਹਾਂ ਅਤੇ ਜ਼ਰੂਰ ਭਾਈ ਧਰਮ ਸਿੰਘ ਦੇ ਪਰਿਵਾਰ ਤੋਂ ਸੁਣਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪ ਜੀ ਵਿਚਾਰ ਸਾਂਝੇ ਸੰਗਤਾਂ ਜੁੜੀਆਂ ਨੇ ਲੱਖਾਂ ਵਾਹਿਗੁਰੂ ਜੀ ਸਾਨੂੰ ਜਦੋਂ ਪਤਾ ਲੱਗਿਆ ਆਪ ਜੀ ਦੇ ਰਾਹੀਂ ਮਨ ਨੂੰ ਬੜਾ ਇੱਕ ਸੰਤੁਸ਼ਟੀ ਮਿਲੀ ਕਿ ਵੇਖੋ ਇੰਨਾ ਬੜਾ ਸ਼ਹੀਦਾਂ ਦਾ ਪਰਿਵਾਰ ਅਤੇ ਬੜਾ ਮਨ ਨੂੰ ਦੇਖ ਕੇ ਖੁਸ਼ ਹੋਇਆ ਅਤੇ ਹੁਣ ਵੇਖੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਅਤੇ ਇਹਨਾਂ ਦੀ ਜਿਹੜੀ ਕੰਡੀਸ਼ਨ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਇਹ ਵੇਖੋ ਹੁਣ ਇਸ ਸਮੇਂ ਦੇ ਵਿੱਚ ਜਿਹੜਾ ਇਹਨਾਂ ਦਾ ਸ਼ਹੀਦੀ ਦਾ ਇੰਨਾ ਬੜਾ ਗੁਰੂ ਸਾਹਿਬ ਨੇ ਇਹਨਾਂ 'ਤੇ ਉਪਰਾਲਾ ਕੀਤਾ ਇਹ ਕਿਤੇ ਵੀ ਇਹਨਾਂ ਦੇ ਇਹ ਨੌਕਰੀ ਕਰਦੇ ਹੋਏ ਚੰਗੇ ਨਹੀਂ ਲੱਗਦੇ ਇਹ ਸਾਡੇ ਲਈ ਬੜੀ ਸ਼ਰਮ ਦੀ ਗੱਲ ਹੈ ਅਤੇ ਸਿੱਖ ਸਮਾਜ ਨੂੰ ਇਹਨਾਂ ਦੇ ਨਾਲ ਖੜਨਾ ਚਾਹੀਦਾ ਅਤੇ ਹਰ ਨਾਲ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਇਹ ਸਾਡਾ ਫਰਜ਼ ਵੀ ਬਣਦਾ ਅਤੇ ਸਾਡਾ ਹੱਕ ਵੀ ਬਣਦਾ ਹੈ ਆਪਾਂ ਚਾਹਾਂਗੇ ਕਿ ਵੇਖੋ ਇਹਨਾਂ ਨੇ ਇੱਕ ਗੱਲ ਕਹੀ ਸੀ ਕਿ ਵੀ ਆਪਾਂ 1999 ਦੇ ਵਿੱਚ ਸਾਨੂੰ ਨਹੀਂ ਪਤਾ ਸੀ ਕਿ ਵੀ ਆਪਾਂ ਭਾਈ ਧਰਮ ਸਿੰਘ ਪਰਿਵਾਰ ਦੇ ਵੰਸ਼ਜ ਨੇ ਪੰਜਾਬ ਸਰਕਾਰ ਅਤੇ ਉਸ ਵੇਲੇ ਅਕਾਲ ਤਖਤ ਸਾਹਿਬ ਜੀ ਨੇ ਇੱਕ ਉਪਰਾਲਾ ਕੀਤਾ ਜਦੋਂ 300 ਸਾਲਾਂ ਬਣਾਉਣ ਦੀ ਉਹਨਾਂ ਨੇ ਤਿਆਰੀ ਕੀਤੀ ਨਾਲ ਕਮੇਟੀ ਦੇ ਨਾਲ ਰਲ ਮਿਲ ਕੇ ਅਤੇ ਉਹਨਾਂ ਨੇ ਸੋਚਿਆ ਕਿ ਵੀ ਆਪਾਂ ਕਿਉਂ ਨਾ ਪੰਜ ਪਿਆਰੇ ਦੇ ਜਿਹੜੇ ਵੰਸ਼ਜ ਨੇ ਉਹਨਾਂ ਨੂੰ ਲੱਭੀਏ ਕੀ ਪਤਾ ਹੁਣ ਕਿ ਵੀ ਉਹਨਾਂ ਦੇ ਜਿਹੜੇ ਵੰਸ਼ਜ ਨੇ ਹੁਣ ਅੱਜ ਵੀ ਮੌਜੂਦ ਹੋਣ
ਉਹਦੇ ਬਾਅਦ ਵੀ ਸਾਡੇ ਕੋਲ ਉੱਥੇ ਪਹੁੰਚੇ ਨੇ ਅਤੇ ਜਿਹੜੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਪੂਰਨ ਸਿੰਘ ਜੀ ਉਹ ਵੀ ਸਾਡੇ ਕੋਲ ਆਏ ਨੇ ਅਤੇ ਸਾਨੂੰ ਨਹੀਂ ਪਤਾ ਸੀ ਵੀ ਆਪਾਂ ਪੰਜ ਪਿਆਰੇ ਭਾਈ ਧਰਮ ਸਿੰਘ ਪਰਿਵਾਰ ਦੇ ਵੰਸ਼ਜ ਨੇ। ਸਾਨੂੰ ਬੜਾ ਮਾਣ ਮਹਿਸੂਸ ਹੋਇਆ ਜਦੋਂ ਸਾਨੂੰ ਪਤਾ ਲੱਗਿਆ ਬਈ ਸਾਡੀ ਪੁਰਖਾਂ ਨੇ ਕਿੰਨੀ ਵੱਡੀ ਸ਼ਹੀਦੀ ਦਿੱਤੀ ਹੈ ਅਤੇ ਸਾਡੇ ਲਈ ਬੜੀ ਗਰਵ ਦੀ ਗੱਲ ਹੈ ਕਿ ਆਪਾਂ ਭਾਈ ਧਰਮ ਸਿੰਘ ਪਰਿਵਾਰ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਵਿੱਚ ਜਨਮ ਲਿੱਤਾ। ਸਾਡਾ ਬੜਾ ਪਿੱਛੇ ਦਾ ਜਿਹੜਾ ਇੱਕ ਕਰਮ ਹੋਣਾ ਗੁਰੂ ਸਾਹਿਬ ਦੀ ਕਿਰਪਾ ਨਾਲ ਕਹਿੰਦੇ ਵੀ ਬੰਦਾ ਜਦੋਂ ਧਰਤੀ 'ਤੇ ਆਉਂਦਾ ਤਾਂ ਆਪਣਾ ਕਰਮ ਲੈ ਕੇ ਆਉਂਦਾ ਅਤੇ ਜਦੋਂ ਜਾਂਦਾ ਤਾਂ ਕਰਮ ਲੈ ਕੇ ਨਾਲ ਜਾਂਦਾ ਅਤੇ ਪਤਾ ਨਹੀਂ ਸਾਡਾ ਕਿਹੜਾ ਪਿੱਛੇ ਦਾ ਕਰਮ ਹੋਣਾ। ਅਤੇ ਹੁਣ ਅਸੀਂ ਵਾਹਿਗੁਰੂ ਜੀ ਇਹਨਾਂ ਦੇ ਪਰਿਵਾਰ ਦੇ ਵੰਸ਼ਦ ਕੋਲ ਪਹੁੰਚੇ ਹਾਂ ਜਿਹੜੇ ਭਾਈ ਸਤੀਦਾਸ ਜੀ ਦੇ ਮਤੀਦਾਸ ਜੀ ਪਰਿਵਾਰ ਦੇ ਵੰਸ਼ਜ ਨੇ ਅਤੇ ਸਾਨੂੰ ਪਤਾ ਲੱਗਿਆ ਸੀ ਇਹਨਾਂ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਭਗਵਾਨ ਸਿੰਘ ਖੋਜੀ ਦੀ ਅਤੇ ਸਾਨੂੰ ਵੇਖ ਕੇ ਬੜਾ ਮਨ ਨੂੰ ਇੱਕ ਸਕੂਨ ਮਿਲਿਆ ਕਿ ਬਈ ਵੇਖੋ ਕਿੰਨੀ ਵੱਡੀ ਗੱਲ ਹੈ ਜਿਹੜੇ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਦੇ ਵੰਸ਼ਜ ਹਾਲੇ ਵੀ ਮੌਜੂਦ ਨੇ। ਪਰ ਜਦੋਂ ਉਹਨਾਂ ਦੀ ਕੰਡੀਸ਼ਨ ਬਾਰੇ ਸਾਨੂੰ ਪਤਾ ਲੱਗਿਆ ਤਾਂ ਬੜਾ ਮਨ ਨੂੰ ਇੱਕ ਧੱਕਾ ਜਿਹਾ ਲੱਗਿਆ ਵੇਖੋ ਜਿੰਨਾ ਦੀ ਇੰਨੀ ਵੱਡੀ ਸ਼ਹੀਦੀ ਹੈ ਆਪਾਂ ਉਹਨਾਂ ਦੇ ਲਈ ਕੁਛ ਕਰ ਨਹੀਂ ਪਾਏ ਜਿਹੜਾ ਸਾਡਾ ਫਰਜ਼ ਬਣਦਾ ਸੀ ਸਰਵ ਸੰਗਤ ਨੂੰ ਮਿਲ ਕੇ ਇਹਨਾਂ ਦੇ ਲਈ ਕੁਛ ਕਰਨਾ ਚਾਹੀਦਾ। ਵੇਖੋ ਇਹਨਾਂ ਨੇ ਇੱਕ ਗੱਲ ਪਹਿਲੇ ਵੀ ਮੈਂ ਇਹਨਾਂ ਦੀ ਵੀਡੀਓ 'ਚ ਵੇਖੇ ਕਹਿੰਦੇ ਕਿ ਵੀ ਸਾਨੂੰ ਆਪਾਂ ਪੈਸੇ ਕਰਕੇ ਨਹੀਂ ਕੁਛ ਕਹਿੰਦੇ ਪਏ ਪਰ ਸਾਡਾ ਹੱਕ ਬਣਦਾ ਇਹਨਾਂ ਦੀ ਹਰ ਤਰੀਕੇ ਨਾਲ ਮਦਦ ਕਰਨ ਦਾ। ਆਪਾਂ ਸੰਗਤ ਨੂੰ ਇਹੀ ਬੇਨਤੀ ਕਰਨਾ ਚਾਹਾਂਗੇ ਵਾਹਿਗੁਰੂ ਜੀ ਵੱਧ ਤੋਂ ਵੱਧ ਜਿੰਨੀ ਆਪਾਂ ਕਰ ਸਕਦੇ ਇਹਨਾਂ ਦੀ ਹੈਲਪ ਕਰੀਏ ਇਹਨਾਂ ਨੂੰ ਇੱਕ ਮਿਡਲ ਕਲਾਸ 'ਚ ਲਾਈਏ ਅਤੇ ਜਿਹੜਾ ਇਹਨਾਂ ਦਾ ਹੱਕ ਆ ਆਪਾਂ ਇਹੀ ਕਹਾਂਗੇ ਕਿ ਇਹਨਾਂ ਦਾ ਹੱਕ ਸਿੱਖੀ ਦਾ ਪ੍ਰਚਾਰ ਕਰਨ ਦਾ ਕਿੱਥੇ ਨੌਕਰੀ ਕਰਨ ਦਾ ਨਹੀਂ ਆ। ਇਹੀ ਆਪਾਂ ਸਭ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਵਾਹਿਗੁਰੂ ਜੀ। ਸੋ ਭਾਈ ਮਤੀਦਾਸ ਜੀ ਦਾ ਪਰਿਵਾਰ ਸਾਡੇ ਨਾਲ ਖੜ੍ਹਾ ਭਾਈ ਧਰਮ ਸਿੰਘ ਜੀ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਅੱਜ ਵੀ ਜੇ ਮਨ ਨਾਲ ਤੱਕੋ ਦਿਲੋਂ ਤੱਕੋ ਅੱਜ ਵੀ ਸਾਨੂੰ ਉਹਨਾਂ ਦੀ ਅੰਸ਼ ਉਹਨਾਂ ਦੀ ਵੰਸ਼ ਦੇ ਵਿੱਚੋਂ ਭਾਈ ਧਰਮ ਸਿੰਘ ਜੀ ਦੇ ਦੀਦਾਰੇ ਹੋ ਰਹੇ ਨੇ ਅਤੇ ਸੱਚ ਜਾਣਿਓ ਇਹ ਤੁਹਾਨੂੰ ਵੀ ਹੋਏ ਹੋਣਗੇ ਕਿਉਂਕਿ ਗੁਰਸਿੱਖਾਂ ਦੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸਾ ਖਿੰਡਿਆ ਹੋਇਆ 1947 ਤੋਂ ਬਾਅਦ 1984 ਤੋਂ ਬਾਅਦ ਸਾਡੇ 'ਤੇ ਬਹੁਤ ਮਾਰਾਂ ਪਈਆਂ ਪਰ ਹੁਣ ਗੁਰੂ ਮਹਾਰਾਜ ਦੀ ਇੰਨੀ ਕੁ ਬਖਸ਼ਿਸ਼ ਹੋ ਰਹੀ ਹੈ ਬਹੁਤ ਐਸੇ ਪਰਿਵਾਰ ਨੇ ਜਿਹੜੇ ਸਾਹਮਣੇ ਆ ਰਹੇ ਨੇ ਅਤੇ ਬੜੀ ਜਲਦੀ ਦਿੱਲੀ ਦੇ ਵਿੱਚ ਵੀ ਭਾਈ ਮਤੀਦਾਸ ਜੀ ਦਾ ਪਰਿਵਾਰ ਆ ਰਿਹਾ ਜੀ ਚਾਂਦਨੀ ਚੌਂਕ ਦੇ ਉੱਤੇ ਆ ਕੇ ਨਤਮਸਤਕ ਹੋਣਾ ਆ ਕਰਕੇ ਜੀ। ਪਰ ਜਿਵੇਂ ਭਾਈ ਧਰਮ ਸਿੰਘ ਦੇ ਪਰਿਵਾਰ ਦੇ ਵਿੱਚੋਂ ਇੱਕ ਦਿਲੋਂ ਕਿਉਂਕਿ ਇੱਥੇ ਕਮੇਟੀਆਂ ਨਹੀਂ ਪਹੁੰਚਦੀਆਂ ਇੱਥੇ ਬੈਠੇ ਹੋਏ ਗੁਰਦੁਆਰੇ ਦੇ ਪ੍ਰਧਾਨਾਂ ਨੇ ਨਹੀਂ ਪਹੁੰਚਣਾ ਇੱਥੇ ਅੰਦਰੋਂ ਜਾਗ ਜਾਗੀ ਇਹਨਾਂ ਦੇ ਵੀ ਆਓ ਆਪਾਂ ਇਹਨਾਂ ਦੇ ਨਾਲ ਖੜ੍ਹੇ ਤਾਂ ਹੋਈਏ। ਉਹ ਪਖੰਡੀ ਬਾਬਿਆਂ ਦੇ ਤੁਸੀਂ ਜਾ ਕਰਕੇ ਦੇਖੋ ਜਿਨ੍ਹਾਂ ਦੇ ਪੰਜ ਪੰਜ ਗੱਡੀਆਂ ਖੜੀਆਂ ਨੇ ਮਤਲਬ ਕਿ ਸ਼ਬਦ ਨਹੀਂ ਬੇਸੀ ਉਹਨਾਂ ਦੇ ਬਾਰੇ ਕਿਸੇ ਦੀ ਨਿੰਦੀ ਕਰੀਏ ਅਸੀਂ ਉਸ ਪਾਸੇ ਨਹੀਂ ਜਾਣਾ ਚਾਹੁੰਦੇ ਪਰ ਮੈਂ ਹਾਲਾਤ ਵਿਖਾਉਣੇ ਚਾਹਾਂਗਾ ਜੀ ਆਪ ਜੀ ਨੂੰ ਅਤੇ ਫਿਰ ਵੀ ਇੰਨਾ ਸਤਿਕਾਰ ਜਿਹੜਾ ਹੈ ਉਹ ਇਸ ਪਰਿਵਾਰ ਨੇ ਭਾਈ ਧਰਮ ਸਿੰਘ ਜੀ ਦਾ ਕੀਤਾ ਪਹੁੰਚਣ 'ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਇਹ ਇੱਕ ਦੁਕਾਨ ਆ ਇਹਦੇ ਅੰਦਰ ਬਸ ਇੰਨੀ ਕੁ ਜਗ੍ਹਾ ਇਹ ਉੱਪਰ ਇਹ ਪਰਿਵਾਰ ਰਹਿੰਦਾ ਇਹ ਦੁਕਾਨ ਹੈ ਜੀ ਬਸ ਇੱਥੇ ਪਰਿਵਾਰ ਰਹਿੰਦਾ ਜੀ ਉੱਪਰ ਇੰਨੀ ਕੁ ਜਗ੍ਹਾ ਦੇ ਵਿੱਚ ਇੱਥੇ ਕਿਰਤ ਕਰਦੇ ਨੇ ਜੋ ਵੀ ਮਿਹਨਤ ਕਰਦੇ ਨੇ ਜੀ ਆਪਣੀ ਅਤੇ ਇਹ ਆਪਾਂ ਇੱਥੋਂ ਦੇਖੀ ਜਾਈ ਜੀ ਇਹਨਾਂ ਦੀ ਦੁਕਾਨ ਹੈ ਜਿੱਥੋਂ ਆਪਣਾ ਕਾਰੋਬਾਰ ਕਰਦੇ ਨੇ ਦੁਕਾਨ 'ਚ ਅਤੇ ਇੰਨੀ ਕੁ ਜਗ੍ਹਾ ਦੇ ਵਿੱਚ ਹੀ ਹੁਣ ਆਪ ਜੀ ਹਿਸਾਬ ਲਾਓ ਵੀ ਇੰਨੀ ਕੁ ਜਗ੍ਹਾ ਦੇ ਵਿੱਚ ਉੱਪਰ ਇਸੇ ਇੱਕੋ ਕਮਰੇ ਦੇ ਵਿੱਚ ਇਹ ਸਾਰਾ ਪਰਿਵਾਰ ਰਹਿੰਦੇ ਨੇ ਅਤੇ ਦਿਲ ਬਹੁਤ ਵੱਡੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ ਸਾਡੇ ਬਹੁਤ ਪੂਰਨ ਭਾਗ ਅਸੀਂ ਆਪਣੇ ਸਮਝਾਂਗੇ ਕਿ ਜਿਹੜੇ ਕੁਝ ਦਿਨ ਪਹਿਲਾਂ ਸਾਨੂੰ ਪਤਾ ਲੱਗਾ ਕਿ ਭਾਈ ਧਰਮ ਸਿੰਘ ਜੀ ਦਾ ਪਰਿਵਾਰ ਹਸਨਾਪੁਰ ਦੇ ਲਾਗੇ ਉਹਨਾਂ ਦਾ ਨਗਰ ਸੀ ਕਿ ਅਜੇ ਤੀਕ ਜਿਹੜਾ ਇਹਨਾਂ ਦਾ ਨਾਂ ਜਿਹੜਾ ਸਾਡੇ ਪੂਜਣ ਯੋਗ ਵਾ
ਸਾਡੇ ਕਿੰਨੀ ਬਦਕਿਸਮਤੀ ਜਿਹੜਾ ਇਹਨਾਂ ਨੂੰ ਅਜੇ ਟੀਕਾ ਆਪਾਂ ਸਾਹਮਣੇ ਸੀਸਾ ਪੇਸ਼ ਨਹੀਂ ਕਰ ਸਕੇ। ਫਿਰ ਵੀ ਹੁਣ ਵੀ ਸਾਡੇ ਪੂਰਨ ਭਾਗ ਸਮਝੋ ਜਿਹੜਾ ਇਹਨਾਂ ਨੂੰ ਆਪਣੇ ਚਿਹਰਾ ਬਣ ਕੇ ਸਾਡੇ ਵਿੱਚ ਵਿਚਰ ਰਹੇ ਹਨ। ਸਾਨੂੰ ਪਤਾ ਸਾਡੇ ਨਾਲ ਨਖਲੋ ਗਏ ਆ, ਇੰਨੀ ਇਹਨਾਂ ਦੀ ਉੱਥੇ ਇੱਜ਼ਤ ਇੰਨਾ ਸਤਿਕਾਰ ਉਹਨਾਂ ਨਖਲੋ ਵਾਲਿਆਂ ਨੇ ਕੀਤਾ ਕਿ ਅਸੀਂ ਬਿਆਨ ਨਹੀਂ ਕਰ ਸਕਦੇ। ਮੋਦੀ ਜੀ ਦੇ ਕੋਲ ਲੈ ਕੇ ਗਏ, ਕੋਲ ਬਿਠਾ ਕੇ, ਜੋ ਉੱਥੋਂ ਦਾ ਆਯੋਗ ਦਾ ਜਿਹੜਾ ਮੈਂਬਰ ਵਾ ਪਰਵਿੰਦਰ ਸਿੰਘ ਜੀ, ਉਹਨਾਂ ਨੇ ਕੱਲ੍ਹ ਇਹਨਾਂ ਦਾ ਇੰਨਾ ਸਤਿਕਾਰ ਕੀਤਾ ਹੈ ਕਿ ਸਾਡਾ ਮਨ ਖੁਸ਼ ਹੋ ਗਿਆ। ਇਹਨਾਂ ਦੇ ਮੂੰਹ ਬਚਨ ਹੀ ਸੁਣੇ ਕਿ ਜੋ ਭਾਈ ਮੱਤੀ ਦਾਸ ਜੀ, ਸੱਤੀ ਦਾਸ ਜੀ ਦਾ ਉਹਨਾਂ ਦਾ ਪਰਿਵਾਰ ਅਸੀਂ ਅਜੇ ਤੀਕ ਨਹੀਂ ਸੀ ਸੁਣਿਆ ਕਦੀ ਵੀ, ਨਾ ਕਿਸੇ ਇਤਿਹਾਸਕ ਨੇ, ਨਾ ਕਿਸੇ ਕਥਾਵਾਚਕ ਨੇ, ਨਾ ਕਿਸੇ ਢਾਡੀ ਪੁੱਛਰ ਨੇ ਇਹਨਾਂ ਦੀ ਪਰੋਲ ਨਹੀਂ ਕਰ ਸਕੇ। ਇਹਨਾਂ ਦੇ ਮੁੱਖੋਂ ਹੀ ਸੁਣਿਆ ਕਿ ਭਾਈ ਇਹ ਉਹਨਾਂ ਦਾ ਪਰਿਵਾਰ ਇਸ ਟਾਈਮ 'ਤੇ ਬਿਲਾਸਪੁਰ ਦੇ ਵਿੱਚ ਰਹਿੰਦਾ, ਅਤੇ ਉੱਥੇ ਮਨ ਬਣਾ ਲਿਆ ਕਿ ਆਪਾਂ ਉਹਨਾਂ ਦੇ ਪਰਿਵਾਰ ਨੇ ਦਰਸ਼ਨ ਜ਼ਰੂਰ ਕਰਕੇ ਆਉਂਦੇ ਹਾਂ। ਅਸੀਂ ਇਸ ਗੱਲ 'ਤੇ ਵਾਅਦਾ ਕਰਦੇ ਹਾਂ, ਅਫਜ਼ਲਗੜ੍ਹ ਖੇਤਰ ਤੋਂ ਅਸੀਂ ਸ਼ੁਰੂਆਤ ਕਰਾਂਗੇ, ਜਿੰਨੀ ਵੀ ਸਾਡੇ ਇਲਾਕੇ ਦੀ ਮਦਦ ਹੋਈ ਅਸੀਂ ਮੈਕ ਦੇ ਗਾੜੀ ਬੋਲਿਆ ਕਰਾਂਗੇ, ਸਟੇਟਾਂ ਦੇ ਬੋਲਿਆ ਕਰਾਂਗੇ ਇਹਨਾਂ ਦੇ ਬਾਰੇ, ਦੋਵਾਂ ਪਰਿਵਾਰਾਂ ਦੇ ਉਹ ਅਸੀਂ ਇੰਨਾ ਇਹਨਾਂ ਦਾ ਸਤਿਕਾਰ ਹੋਰ ਵਧਾਵਾਂਗੇ ਕਿ ਜਿੰਨੇ ਕਿ ਅਸੀਂ ਬਿਆਨ ਨਹੀਂ ਕਰ ਸਕਦੇ। ਜਿੱਥੋਂ ਤੱਕ ਸਾਡੇ ਤੋਂ ਹੋ ਸਕਿਆ ਅਸੀਂ ਉਸੋਂ ਤੱਕ ਵੀ ਪਹੁੰਚ ਕੇ ਇਹਨਾਂ ਦੀ। ਅਤੇ ਨਾਨਕ ਮੱਤੇ ਤੋਂ ਵੀ ਸੰਗਤ ਆਈ ਹੈ ਜੀ, ਨਾਨਕ ਮੱਤੇ ਤੋਂ ਵੀਰ ਦਾ ਇੱਕ ਪੱਖ ਸੀ ਬੜਾ ਵਧੀਆ, ਅਤੇ ਆ ਜਾਓ ਜੀ ਅੱਗੇ ਆ ਜਾਓ, ਅਤੇ ਇਹਨਾਂ ਦਾ ਬੜਾ ਵਧੀਆ ਪੱਖ ਸੀ, ਉਹ ਜ਼ਰੂਰ ਤੁਸੀਂ ਸਾਂਝਾ ਕਰੋ। ਦਿਲ ਵਿੱਚ ਕੋਈ ਗੱਲ ਵਿੱਚ ਬਚਨ ਆਇਆ ਸੀ ਨਾਨਕ ਮੱਤਾ ਸਾਹਿਬ ਤੋਂ, ਜਦੋਂ ਨਾਨਕ ਮੱਤਾ ਸਾਹਿਬ ਪਹਿਲਾ ਮੋਰਚਾ ਲੱਗਿਆ ਸੀਗਾ, ਉਹ ਮੋਰਚੇ ਦੇ ਵਿੱਚ ਹੀ ਇੱਥੋਂ ਸ਼ੁਰੂਆਤ ਹੋਈ ਸੀ, ਇਹਨਾਂ ਦੇ ਵੱਲੋਂ ਸ਼ੁਰੂਆਤ ਹੋਈ ਸੀ। ਪਹਿਲੇ ਸਿੰਘ ਸੀ ਜਿਹੜੇ ਮੋਰਚੇ ਦੇ ਵਿੱਚ ਜਾ ਕੇ ਬੈਠੇ ਸੀਗੇ, ਇਹਨਾਂ ਦੇ ਵੱਲੋਂ ਇੱਕ ਬੜਾ ਵਧੀਆ ਸੁਝਾਓ ਆਇਆ ਸੀ, ਉਹ ਸੁਝਾਓ ਜ਼ਰੂਰ ਆਪ ਜੀ ਸੰਗਤ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਜਿਵੇਂ ਕਿ ਆਪ ਜੀਆਂ ਨੂੰ ਪਤਾ ਹੀ ਹੈ ਕਿ ਜਦੋਂ ਨਰਮਦਾ ਸਾਹਿਬ ਵਿਖੇ ਕਮੇਟੀ ਦੀਆਂ ਚੋਣਾਂ ਹੁੰਦੀਆਂ ਤਾਂ ਹਰ ਇਲਾਕੇ ਦੇ ਵਿੱਚੋਂ ਡੈਲੀਗੇਟ ਅਤੇ ਮੈਂਬਰ ਚੁਣ ਕੇ ਜਾਂਦੇ ਨੇ। ਜੋ ਇਹ ਬਿਲਾਸਪੁਰ ਦਾ ਹਲਕਾ ਹੈ, ਅਤੇ ਇਹ ਕੱਲ੍ਹ ਜਦੋਂ ਸਿੰਘ ਸਾਹਿਬ ਜੀ ਉੱਥੇ ਪਹੁੰਚੇ ਤਾਂ ਮਨ 'ਚ ਬੜੀ ਖੁਸ਼ੀ ਹੋਈ ਕਿ ਬਿਲਾਸਪੁਰ ਤੋਂ ਸਿੰਘ ਸਾਹਿਬ ਆਏ ਨੇ, ਅਤੇ ਇੱਥੋਂ ਦੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਹੁਣ ਜਿਹੜੇ ਡੈਲੀਗੇਟ ਇੱਥੋਂ ਚੁਣਨੇ ਨੇ ਉਹ ਗੁਰਮਤ ਦੇ ਧਾਰਨੀ ਹੋਣ, ਅਤੇ ਮੈਂਬਰ ਜਿਹੜੇ ਸਾਹਿਬਾਨ ਚੁਣੇ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਨਾਂ ਜ਼ਰੂਰ ਸ਼ਾਮਿਲ ਕੀਤਾ ਜਾਵੇ, ਤਾਂ ਕਿ ਜੋ ਇਹੋ ਜਿਹੀ ਸੋਚ ਰੱਖਣ ਵਾਲੇ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਸੀਂ ਉੱਥੇ ਬਾਈਏ ਅਤੇ ਇਹਨਾਂ ਦਾ ਸਤਿਕਾਰ ਕਰੀਏ, ਇਹਨਾਂ ਦੇ ਹੱਥਾਂ ਵਿੱਚ ਬਾਗਡੋਰ ਸਾਂਭੀਏ ਕੌਮ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਮਤੀ ਦਾਸ ਜੀ ਦਾ ਪਰਿਵਾਰ, ਅਤੇ ਭਾਈ ਧਰਮ ਸਿੰਘ ਜੀ ਦਾ ਪਰਿਵਾਰ, ਅਤੇ ਭਾਈ ਦਿਆਲਾ ਜੀ ਦਾ ਪਰਿਵਾਰ ਵੀ ਸਾਨੂੰ ਲੱਭ ਗਿਆ ਜੀ, ਉਹਨਾਂ ਕੋਲ ਵੀ ਅਸੀਂ ਬੜੀ ਛੇਤੀ ਆਪ ਜੀ ਨੂੰ ਸੰਗਤ ਨੂੰ ਦਰਸ਼ਨ ਕਰਵਾ ਰਹੇ ਹਾਂ। ਉੱਥੇ ਅਸੀਂ ਗੱਲ ਕਰੀ ਕਿ ਮੈਂ ਵਾਰ ਵਾਰ ਕਈ ਵੀਡੀਓ 'ਚ ਕਿਹਾ, ਮਹਾਰਾਜਾ ਰਣਜੀਤ ਸਿੰਘ ਦਾ ਪਰਿਵਾਰ ਵੀ ਕਿਤੇ ਯੂਪੀ ਦੇ ਵਿੱਚ ਹੈ ਔਰ ਬਰੇਲੀ ਇਲਾਕੇ ਦੇ ਵਿੱਚ ਹੈ, ਅਤੇ ਉਹ ਵੀ ਬਰੇਲੀ ਇਲਾਕੇ ਦੇ ਵਿੱਚ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੀ, ਭਾਈ ਮਹਾਰਾਜਾ ਰਣਜੀਤ ਸਿੰਘ ਦਾ ਪਰਿਵਾਰ ਵੀ ਸਾਨੂੰ ਮਿਲ ਜਾਵੇ। ਇਹ ਸਮਾਂ ਬੜਾ ਸੁਭਾਗਾ ਆ ਰਿਹਾ ਜਿਹਦੇ ਵਿੱਚ ਸਾਨੂੰ ਇੰਨੇ ਵਧੀਆ ਵਧੀਆ ਪਰਿਵਾਰ ਮਿਲ ਰਹੇ ਨੇ। ਇੱਕ ਮੈਂ ਹੋਰ ਬੇਨਤੀ ਕਰਾਂ, ਇੱਕ ਐਸਾ ਪਰਿਵਾਰ ਸਾਨੂੰ ਲੱਭਿਆ ਹੈ, ਦਿਲ ਦੁੱਖ ਗਿਆ ਉੱਥੇ ਜਾ ਕੇ ਜਦੋਂ ਅਸੀਂ ਉਸ ਪਰਿਵਾਰ ਦੇ ਹਾਲਾਤ ਵੇਖੇ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਚੀਕੇ ਜਾਂਦੇ ਨੇ, ਸਾਰੀ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਦੇ ਪਿੱਛੇ ਆਉਂਦੀ ਹੈ, ਮਹਾਰਾਜ ਕਹਿੰਦੇ ਤੁਸੀਂ ਵਾਪਸ ਮੁੜ ਜਾਓ, ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਦੇਣ ਲਈ ਚਲੇ ਜਾਂਦੇ ਨੇ। ਗਲੋਰਾ ਮਸੰਦ ਦਾ ਪਰਿਵਾਰ, ਗੁਰੂ ਤੇਗ ਬਹਾਦਰ ਸਾਹਿਬ ਦੀ ਸੇਵਾ ਕੀਤੀ, ਮਹਾਰਾਜ ਨੇ ਤੀਰ ਅਤੇ ਪੱਥੇ ਬਖਸ਼ ਕੇ ਤੈਨੂੰ ਬਾਂਗਰ ਦਾ ਪ੍ਰਚਾਰਕ ਥਾਪ ਦਿੱਤਾ, ਪਰ ਅੱਜ ਉਹ ਪਰਿਵਾਰ ਸਾਡੀ ਮਾੜੀ ਸੋਚ ਕਰਕੇ, ਮੈਨੂੰ ਲੱਗਦਾ ਉਹ ਪਰਿਵਾਰ ਇੰਨਾ ਕੁ ਟੁੱਟ ਗਿਆ ਕਿ ਉਹ ਇਹ ਨਹੀਂ ਲੱਗਦਾ ਕਿ ਉਹ ਰੋ ਰੋ ਕੇ ਕਿਹਾ ਵੀ ਸਾਨੂੰ ਸਰਸੇ ਵਾਲੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਾਨੂੰ ਈਸਾਈ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਬਿਲਕੁਲ ਹੀ ਟੁੱਟ ਚੁੱਕੇ ਨੇ ਸਿੱਖੀ ਦੇ ਉੱਤੋਂ। ਇੱਥੇ ਤੱਕ ਹਾਲਾਤ ਨੇ ਕਿ ਡਰਾਈਵਰੀ ਕਰਨ ਤੱਕ ਦੀ ਉਹਨਾਂ ਕੋਲ ਪੈਸੇ ਨਹੀਂ ਹੈਗੇ। ਗੁਰੂ ਦੇ ਪ੍ਰਚਾਰਕਾਂ ਦਾ ਜੇ ਆਹ ਹਾਲ ਹੋਇਆ ਤਾਂ ਸਾਡੀ ਕੌਮ ਕਿੱਧਰ ਨੂੰ ਜਾਊਗੀ? ਸਾਨੂੰ, ਅਸੀਂ ਦੂਜਿਆਂ ਨੂੰ ਸਾਂਭਦੇ ਹਾਂ, ਉਹ ਸਾਡੇ ਗੁਰੂ ਦਾ ਹੁਕਮ ਹੈ। ਅਸੀਂ ਦੂਜਿਆਂ ਨੂੰ ਵੀ ਜਾ ਕੇ ਕਿਤੇ ਜਿੰਨੇ ਵੀ ਕਿਤੇ ਭੁਚਾਲ ਆਏ, ਹੜ੍ਹ ਪੀੜਤਾਂ ਦੀ ਮਦਦ ਕੀਤੀ, ਪਰ ਜੇ ਆਪਣੇ ਘਰਾਂ ਦੇ ਨਿਆਣੇ ਭੁੱਖੇ ਮਰਦੇ ਰਹੇ, ਆਪਣੇ ਸਾਡੇ ਘਰਾਂ ਦੇ ਵਿੱਚੋਂ ਪਰਿਵਾਰ ਟੁੱਟਦੇ ਰਹੇ, ਅਸੀਂ ਆਪਣੇ ਘਰ ਵੱਲ ਨਾ ਵੇਖਿਆ, ਦੂਜੇ ਦੇ ਘਰਾਂ ਵੱਲ ਵੇਖਦੇ ਰਹੇ, ਸੱਚ ਜਾਣਿਓ ਆਪਣੇ ਘਰ ਸਾਡੇ ਤਬਾਹ ਹੋ ਜਾਣੇ ਨੇ। ਸੋ ਜਿੱਥੇ ਅਸੀਂ ਦੂਜਿਆਂ ਨੂੰ ਵੇਖਣਾ ਸਾਡਾ ਫਰਜ਼ ਬਣਦਾ, ਗੁਰਦਾ ਸਿੱਖ ਹੈ ਵੇਖਦਾ ਹੈ, ਉਹ ਦੂਜੇ ਦੀ ਦੁਰਦਸ਼ਾ ਨਹੀਂ ਦੇਖ ਸਕਦਾ, ਉੱਥੇ ਸਾਨੂੰ ਆਪਣਿਆਂ ਨੂੰ ਵੀ ਸਾਂਭਣਾ ਚਾਹੀਦਾ। ਸੋ ਅਸੀਂ
ਆਪਣਿਆਂ ਨੂੰ ਵੀ ਸਾਂਭ ਕੇ ਸੰਗਤ ਅੱਗੇ ਲੈ ਕੇ ਆਵਾਂਗੇ ਜੀ, ਸੰਗਤ ਦੇ ਅੱਗੇ ਮਿਲਾਵਾਂਗੇ ਵੀ ਕਿੱਥੇ ਕਿੱਥੇ ਸਾਡੇ ਪਰਿਵਾਰ ਨੇ, ਉਹ ਪਰਿਵਾਰ ਗਲੋਰੇ ਮਸੰਦ ਦਾ ਪਰਿਵਾਰ। ਤੁਸੀਂ ਨੈੱਟ ਦੇ ਉੱਤੇ ਜਾ ਕੇ, ਗੂਗਲ ਦੇ ਉੱਤੇ ਜਾ ਕੇ ਪੰਜਾਬੀ ਦੇ ਵਿੱਚ ਗਲੋਰਾ ਮਸੰਦ ਲਿਖਿਓ ਜੀ, ਅਤੇ ਉਹ ਆਪ ਜੀ ਨੂੰ ਸਾਰਾ ਇਤਿਹਾਸ ਮਿਲ ਜਾਏਗਾ। ਪਹਿਲਾਂ ਤਾਂ SGPC ਦੀ ਸਾਈਟ ਦੇ ਉੱਤੇ ਵੀ ਸੀ, ਲੇਕਿਨ ਹੁਣ ਪਤਾ ਨਹੀਂ ਉੱਥੋਂ ਕਿਉਂ ਗਾਇਬ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।